ਹੈਲੋ ਹੈਲੋ ਐਵਰੀਵਨ, ਦਿਸ ਇਜ਼ ਸ਼ਾਨ ਅਮਰੂ। ਅਤੇ ਸ਼ਾਮਾਂ ਦੇ 7 ਵੱਜ ਚੱਲੇ ਆ ਅਤੇ ਅੱਜ ਅਸੀਂ ਆਏ ਅੰਮ੍ਰਿਤਸਰ, ਮੈਂ ਅਤੇ ਰੋਬਿਨ। ਅੰਮ੍ਰਿਤਸਰ ਹਾਲੇ ਆਵੇ ਪਹੁੰਚੇ ਹੀ ਹਾਂ। ਅੱਜ ਅਸੀਂ ਚੱਲੇ ਹਾਂ ਏਅਰਪੋਰਟ। ਸਾਡੀ ਮੇਰੀ ਮਾਸੀ ਨੇ ਆਉਣਾ ਵਾ ਅਤੇ ਰੋਬਿਨ ਦੀ ਭੂਆ ਨੇ ਆਉਣਾ ਵਾ, ਉਹਨਾਂ ਨੂੰ ਲੈਣ ਜਾਣਾ ਵਾ। ਹਾਲੇ ਅੰਮ੍ਰਿਤਸਰ ਹੀ ਹੁਣ ਇਹ ਫਲਾਈਟ ਤਾਂ ਉੱਦਾਂ ਉਹਨਾਂ ਦੀ ਸਵੇਰ ਰਾਤ 2 ਵਜੇ ਦੀ ਆ, ਚੱਲੇ ਹੁਣ ਬੀਰਾ ਸਵੀਟ ਨਹੀਂ ਫੂਡ ਮਾਈਲਸ ਆ, ਇੱਥੇ ਹੁਣ ਚੱਲੇ ਆ। ਹੁਣ ਅਸੀਂ ਆਇਆ ਸ਼ੋਰਮਾ ਐਂਡ ਮੋਮੋਸ। ਰੂਮ ਬੈਠਾ ਹੋਣਾ ਚੁੱਪ ਜਾ, ਉੱਧਰ ਸਾਹਮਣੇ ਤਿਆਰ ਹੋਣ ਡਿਆ ਵਾ ਸ਼ੋਰਮਾ, ਉੱਧਰ ਰੈਡੀ ਹੋ ਰਿਹਾ ਹੋਇਆ। ਅਸੀਂ ਬੈਠੇ ਹਾਂ ਇੱਦਾਂ, ਅਸੀਂ ਬਹੁਤ ਜਲਦੀ ਆਏ, ਹੁਣ ਪਤਾ ਨਹੀਂ ਟਾਈਮ ਪਾਸ ਹੋਵੇ ਜਾਂ ਨਾ, ਐਂਡ ਤਾਂ ਬੋਰ ਹੋਣ ਡਿਆ ਪੈਣਾ, ਬਹੁਤ ਬੋਰ ਹੋਣਾ ਅੱਜ। ਸਾਡਾ ਸ਼ੋਰਮ ਉੱਥੋਂ ਆਪਾਂ ਤੁਰ ਪਏ ਹਾਂ, ਹੁਣ ਇੱਥੋਂ ਦੌੜ ਲਾ ਕੇ ਛੱਲੀ ਖਾਣ ਡਿਆ ਭਈ। ਇਹਨਾਂ ਇੱਦਾਂ ਹੀ ਆ ਸ਼ਾਇਦ, ਹੁਣ ਇਹ ਥੰਬਸ ਅਪ ਲੈ ਆਇਆ ਅਤੇ ਸ਼ੋਰਮਾ ਸ਼ੋਰਮਾ ਬਹੁਤ ਜ਼ਿਆਦਾ ਸਵਾਦ ਜੀ, ਇੰਨਾ ਜ਼ਿਆਦਾ ਇੰਨਾ ਜ਼ਿਆਦਾ ਵੀ ਬਾਅਦ 'ਚ ਮੂੰਹ ਹੀ ਨਹੀਂ ਲਾਉਣਾ, ਅੱਜ ਤੋਂ ਬਾਅਦ ਨਹੀਂ ਖਾਂਦੇ। ਪਰ ਉਹਨਾਂ ਸਾਹਮਣੇ ਹੀ ਪੂਰੇ ਸਵਾਦ ਲਾਏ, ਸ਼ੋਰਮਾ ਬਾਹਰ ਵਾਲਾ ਹੀ ਆ, ਉਹਨਾਂ ਸਾਹਮਣੇ ਪੂਰੇ ਸਵਾਦ ਲਾਏ ਆ ਵੀ ਬੜਾ ਸਵਾਦ ਆ। ਬਾਹਰ ਹੁਣ ਐਂਟਰ ਹੋਣਾ ਥੋੜੀ ਦੇਰ ਦਾ ਹੀ। ਅੱਜ ਅਸੀਂ ਸ਼ੋਅ ਲਾਉਣਾ ਏ ਅਲਫਾ ਵਨ ਤੇ ਪਹੁੰਚਿਓ ਸਾਰੇ ਜ਼ਰੂਰ। ਹਾਂਜੀ ਲਓ ਜੀ, ਆਪਾਂ ਅੰਮ੍ਰਿਤਸਰ ਪਹੁੰਚ ਚੱਲੇ ਹਾਂ ਜੀ, ਸ਼ੋਅ ਆਪਣਾ ਪੂਰੇ 8 ਵਜੇ ਸ਼ੋਅ ਆ, ਪਹੁੰਚੋ ਸਾਰੇ। ਅਤੇ ਅਸੀਂ ਵੀ ਪਹੁੰਚ ਚੱਲੇ ਹਾਂ, ਬਸ ਪਹੁੰਚੇ ਹੀ ਆ ਤੇ ਹੁਣ ਬਸ ਅਤੇ ਸਟੇਜ 'ਤੇ ਆਉਣ ਹੀ ਵਾਲੇ ਹਾਂ ਅਤੇ ਪਹੁੰਚੋ ਸਾਰੇ ਆ ਜਾਓ। ਚਲੋ ਜੀ, ਨਾਲ ਹੀ ਥੱਲੇ ਬੇਸਮੈਂਟ ਆ, ਨਾਲ ਹੀ ਮੌਲ ਵਾ ਅਤੇ ਨਾਲ ਹੀ ਆਪਾਂ ਉੱਧਰ ਚੱਲੇ ਹਾਂ। ਬਹੁਤ ਟਾਈਮ ਹੁਣ ਵੇਹਨੇ, ਜੇ ਮੂਵੀ ਦਾ ਪਲਾਨ ਬਣਾਉਂਦੇ ਆ ਜੇ ਮਿਲਦੀ ਆ ਸਹੀ। ਬਿਜ਼ਨਸ ਬਹੁਤ ਚੱਲਦਾ, ਦੋ ਫੋਨ ਰੱਖਣੇ ਪੈਂਦੇ ਆ, ਕੰਮ ਮੋਟਾ ਹੋਣਾ, ਸਾਮੀ ਮੋਟੀ ਆ, ਸਾਮੀ ਮੋਟੀ ਆ ਤੇ ਮੈਂ ਸਾਮੀ ਪਤਲੀ ਆ। ਮਾਰਲੀ ਟੌਰ ਫੁੱਲ ਆ ਰਿਹਾ ਹੁਣ, ਸਹੀ ਹੈ ਨਹੀਂ ਪਰ ਵਾਈਟ ਹੈ ਬੜੀਆ ਮੇਰੇ ਤੋਂ ਯਾਰ। ਸ਼ਾਮਾਂ ਦੇ ਟਾਈਮ ਤੇ ਮਾਲ ਵੇਖ ਲਓ ਫੁੱਲ ਭਰਿਆ ਪਿਆ, ਲਿਫਟ ਵੇ ਹੋਏ ਸਰਕਾਰੀ ਬੱਸ ਆਉਂਦੀ, ਲਿਫਟ ਫੁੱਲ ਹੋਈ ਆ, ਲਿਫਟ ਇੱਥੇ ਖਰਾਬ ਹੋ ਜਾਂਦੀਆਂ ਇੱਕੇ ਦਮ ਚੜ੍ਹੋ ਬਜ਼ਾਰ। ਹੁਣ ਅਸੀਂ ਬੱਸ ਜਿੱਦਾਂ ਭਰੀ ਓਦਾਂ ਹੀ ਜਾਣ ਦੇ ਤਾਂ ਨੂੰ
ਰੋਮਪ੍ਰੀਤ ਰੋਬੀ ਬਾਹਰ ਲੇਵਰ ਵਾਲੇ ਚੜ ਕੇ ਭਰਾਵਾ ਲਿਫਟ ਚ ਬਾਵਾ ਜਾਣੇ ਨਿਕਲ ਜਾਂਦੇ ਬੜਾ ਉਹ ਲਿਫਟ ਹੀ ਭਰਾਵਾ ਤਾਂ ਟੁੱਟ ਗਈ ਥੱਲੇ ਆਣ ਕੇ ਵੱਜੀ ਪਰ ਇਹਨਾਂ ਵੀ ਵੱਜ ਗਏ ਸਾਰੇ ਆ ਵੇਖ ਲਓ ਮੰਡੀ ਲਾਈ ਹੁਣ ਅਸੀਂ ਆਏ ਹਾਂ ਫਿਲਾ ਹੁਣ ਮੂਵੀ ਵੇਖਦੇ ਹਾਂ ਜੇ ਨਵੀਂ ਮਿਲਦਾ ਸਾਨੂੰ ਸ਼ੋ ਸ਼ੂਟ ਇਹਨਾਂ ਦੋਵਾਂ ਦਾ A few moments later. ਹੁਣ ਚੱਲੇ ਹਾਂ ਹਵੇਲੀ ਟਾਈਮ ਪਾਸ ਨਹੀਂ ਹੋਣਾ ਹੁਣ ਪਲੈਨ ਬਣਾਇਆ ਵੀ ਹਵੇਲੀ ਜਾਂਦੇ ਹਾਂ ਇਹ ਪਲੈਨ ਮੇਰਾ ਵਾ ਹੁਣ ਤੁਹਾਨੂੰ ਮਿਲਦੇ ਹਾਂ ਹਵੇਲੀ ਹਵੇਲੀ ਜਾ ਰਹੇ ਹਾਂ ਅਲਫਾ ਵਨ ਤੋਂ ਅਤੇ ਉੱਥੇ ਵੀ ਟਾਈਮ ਪਾਸ ਨਹੀਂ ਸੀ ਹੋਇਆ ਅਤੇ ਹੁਣ ਹਵੇਲੀ ਚੱਲੇ ਹਾਂ ਅਤੇ ਮਾਸੀ ਦੀ ਫਲਾਈਟ ਆ 2 ਵਜੇ ਲੈਂਡ ਹੋਣੀ ਹੈ ਨਾ ਦੋ ਢਾਈ ਵਜੇ ਬਾਹਰ ਆਉਣਾ ਉਹਨਾਂ ਨੇ 2:30-3 ਵਜੇ ਅਤੇ ਹਲੇ ਤਾਂ 10:30 ਹੀ ਹੋਏ ਆ ਅਤੇ ਹੁਣ ਹਵੇਲੀ ਚੱਲੇ ਪਹਿਲਾਂ ਅੱਜ ਬਹੁਤ ਜਨਤਾ ਹੈ ਹੋਲੀ ਅੱਜ ਨਜ਼ਾਰੇ ਹੋਲੀ ਹਾਂਜੀ ਅੱਜ ਕਿੱਥੋਂ ਰਾਜ ਚੜ੍ਹਦੇ ਆ ਸੱਜਣ ਸੱਜਣ ਪਿਆਰੇ ਮਿਲੇ ਅੱਜ ਆਏ ਆ ਮਾਸੀ ਨੂੰ ਲੈਣ ਏਅਰਪੋਰਟ ਜਾਣਾ ਹਲੇ ਤੇ ਤਾਂ ਫਿਰ ਟਾਈਮ ਪਾਸ ਜਿਹਾ ਨਹੀਂ ਹੋਣ ਡਿਆ ਮੈਂ ਹਵੇਲੀ ਜਾਂਦੇ ਨਾਲ ਦੀ ਤੁਹਾਡੇ ਵਲੌਗ ਚ ਆ ਗਈਆਂ ਇੰਨਾ ਹੀ ਬਹੁਤ ਹੈ ਸਹੇਲੀ ਨਾਲ ਆਇਆ ਸਹੇਲੀ ਨਾ ਸਹੇਲੀ ਆ ਕਿੱਥੇ ਆਵੇ ਆਵੇ ਗੱਡੀ ਲੈ ਗਈ ਗੱਡੀ ਦੀ ਚੱਲ ਗਈ ਯਾਰ ਚਲੋ ਜੀ ਹੁਣ ਪੀਨੇ ਆ ਚਾਹ ਕਿ ਨਹੀਂ ਆ ਕਿ ਚਾਹ ਵੀ ਨਹੀਂ ਹੋ ਹੁਣ ਇਹ ਚਾਹ ਤਾਂ ਦਿੰਦੇ ਆ ਆਰਡਰ ਯਾਰ ਚਾਹ ਪੀਨੇ ਆ ਆਈ ਲੈਣ ਨੂੰ ਫੋਨ ਤੇ ਸੱਚਾ ਬਣਨ ਡਿਆ ਜੀ ਹੁਣ ਫੋਨ ਤੇ ਸੱਚਾ ਬਣਨ ਡਿਆ ਹਾਂਜੀ ਹਾਂਜੀ ਹਵੇਲੀ ਤੋਂ ਤੁਸੀਂ ਵੇਖ ਲਿਆ ਆਪਾਂ ਹੋਏ ਹਾਂ ਅਤੇ ਬਹੁਤ ਭੀੜ ਸੀ ਅੱਜ ਤਾਂ ਪੂਰਾ ਰੈਡੀ ਹੋਇਆ ਉਹਦਾ ਰੋਟੀ ਤਿਆਰ ਹੋਣ ਡੀ ਤਿਆਰ ਲਾਗੇ ਜਾ ਕੇ ਬਣਾਉਣਾ ਜਿੱਦਾਂ ਜਿਹਦਾ ਮਾਉਂਟ ਆਪਾਂ ਵੀ ਪਾਉਣੀ ਇੱਦਾਂ ਹੀ ਸਨੈਪਚੈਟ ਵੀ ਉਹਨਾਂ ਦੇ ਤਾਂ ਬਾਅਦ ਰੋਟੀਆਂ ਆਉਣ ਵਾਲੀਆਂ ਵਾ A few moments later. ਹਾਂਜੀ ਅਸੀਂ ਹੁਣ ਚਾਹ ਪੀਂਦੇ ਹੋਏ ਏਅਰਪੋਰਟ 'ਤੇ ਰੋਬਨ ਪੂਰਾ ਨੀਂਦ ਨਾਲ ਭਰਿਆ ਪਿਆ ਵਾ ਮੈਨੂੰ ਵੀ ਆਈ ਉੱਦਾਂ ਪਰ ਇੰਨੇ ਨਹੀਂ ਆ ਸਾਹਮਣੇ ਲਈ ਚਾਹ ਰੋਬਨ ਫੋਨ ਆਉਣ ਡਿਆ ਪਿਆ ਜਾਪਦਾ ਹੁਣ ਇੱਥੇ ਬੰਦਾ ਆਇਆ ਵਿਚਾਰਾ ਸਮਾਨ ਸਮੂਨ ਲਾਇਆ ਜਾਪਦਾ ਅੱਧੀ ਬੋਤਲ ਕੋਕ ਦੀ ਪੀ ਗਿਆ ਬੈਠਾ ਬੈਠਾ ਤੇ ਆਇਆ ਵੀ ਫੋਰਨ ਚ ਹੀ ਆ ਜਾਪਦਾ ਤੇ ਆਉਂਦੇ ਪਹਿਲਾਂ ਉਹਨੇ ਸਮਾਨ ਸਮੂਨ ਲਾਇਆ ਵਾ ਕਾਲੀ ਪ੍ਰਣਾਲੀ ਖਲੋਤੀ ਹੁਣ
ਥਮਸ ਅਪ ਪੀਣ ਡਿਆ, ਪੂਰੀ ਬੋਤਲ ਆਉਂਦੇ ਪੀ ਲਈ ਆ 2 ਲੀਟਰ ਦੀ ਸਾਡੇ ਸਾਹਮਣੇ ਸਾਹਮਣੇ। ਅਸੀਂ ਹੁਣ ਏਅਰਪੋਰਟ ਵੱਲ ਜਾਣ ਡਿਆ, ਇੱਥੋਂ ਦਾ ਸੀਨ ਬਣਾਉਣਾ ਥੋੜ੍ਹਾ ਜਿਹਾ, ਬਾਅਦ ਫੋਨ ਬੰਦ ਹੋ ਜਾਣਾ ਜ਼ਿਆਦਾ। ਉਹਨੂੰ ਪਾਈਏ ਪਹਿਲਾਂ ਡਸਟਬੀਨ 'ਚ, ਡਸਟਬੀਨ ਵੀ ਨੀਲੋ ਇੱਥੇ ਲਾਇਆ। ਹੁਣ ਰੂਪ ਨੂੰ ਵੀ ਪੀਂਦਾ ਹੋਣ ਡਿਆ ਚਾਹ। ਰੇਹੜੀ ਲਈ ਯਾਰ ਸਮਾਨ ਬੈਗ ਰੱਖੀਏ, ਕੈਨੇਡਾ ਚੱਲਿਆ ਨਾ ਫਿਰ ਮੈਂ। ਸੋਰੀ, ਤੁਹਾਨੂੰ ਸਰਪ੍ਰਾਈਜ਼ ਦੇਣਾ ਸੀ, ਅਤੇ ਮੈਂ ਹੀ ਚੱਲਿਆ ਵਾਂ ਆਸਟ੍ਰੇਲੀਆ। ਰੂਪਨ ਚੱਲਿਆ ਕੈਨੇਡਾ, ਗੱਡੀ ਲਾ ਨਹੀਂ ਅਤੇ ਸਮਾਨ ਸਮੂਨ ਸਾਰਾ ਜਾਣ ਡਿਆ ਮੇਰਾ, ਅਤੇ ਜਿਹਨੂੰ ਮੈਂ ਨਹੀਂ ਮਿਲਿਆ ਅਤੇ ਉਹ ਨਾਰਾਜ਼ ਨਾ ਹੋਇਆ। ਜਦੋਂ ਮੈਂ ਆਇਆ 5 ਸਾਲਾਂ ਬਾਅਦ ਫਿਰ ਤੁਹਾਨੂੰ ਆਉਂਦਿਆ ਮਿਲਦਾ, PR ਹੋ ਗਿਆ ਫਿਰ, PR ਹੀ ਹੋਣਾ ਸਿੱਧਾ, ਫਿਰ ਹੀ ਮਿਲਣਾ ਤੁਹਾਨੂੰ, ਓਨਾ ਚਿਰ ਨਹੀਂ ਮਿਲਣਾ ਹੁਣ। ਇਹ ਵੀ ਵਾਧਾ ਰਿਹਾ ਰੂਪਨ ਦਾ ਮੇਰਾ ਨਹੀਂ। ਚਲੋ ਜੀ, ਏਅਰਪੋਰਟ ਆ, ਪਹਿਲਾਂ ਵਾਸ਼ਰੂਮ ਹੋ ਜਾਈਏ ਫਿਰ ਜਾਂਦੇ ਅੰਦਰ। ਹੁਣ ਅਸੀਂ ਚੱਲੇ ਹਾਂ ਵਾਸ਼ਰੂਮ ਪਹਿਲਾਂ, ਬਾਅਦ 'ਚ ਜਾਂਦੇ ਹਾਂ ਅੰਦਰ, ਸਾਨੂੰ ਆਉਣ ਡੀ ਹੁਣ ਨੀਂਦ। ਹਾਂਜੀ, ਰਾਤੀ ਮਾਸੀ ਨੂੰ ਲੈ ਆਏ ਹਾਂ ਏਅਰਪੋਰਟ ਤੋਂ, ਅਤੇ ਅੱਜ ਨਵਾਂ ਦਿਨ ਵਾ ਜੀ। ਵੀਡੀਓ ਪਸੰਦ ਆਉਂਦੀ ਤਾਂ ਸਾਥ ਦਿਓ, ਜ਼ਿਆਦਾ ਤੋਂ ਜ਼ਿਆਦਾ ਤੁਹਾਡੀ ਸਪੋਰਟ ਦੀ ਲੋੜ ਆ ਬਹੁਤ ਜ਼ਿਆਦਾ, ਅਤੇ ਮਿਲਦੇ ਹਾਂ ਤੁਹਾਨੂੰ ਜਲਦੀ ਨਵੀਂ ਵੀਡੀਓ 'ਚ। ਬਾਏ ਬਾਏ।